ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਮੀਨੀਆ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਲੱਗੇ ਆ ਸੋਨੀਆ ਮਾਨ ਮੈਮ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਹੋਰ ਮੈਮ ਠੀਕ ਹੋ? ਵਧੀਆ। ਸਭ ਤੋਂ ਪਹਿਲਾਂ ਮੈਮ ਬਹੁਤ ਬਹੁਤ ਵਧਾਈਆਂ, ਤੁਹਾਡਾ ਤੀਜੇ ਵੀ ਗਾਣਾ ਬਹੁਤ ਜ਼ਿਆਦਾ ਹਿੱਟ ਜਾ ਰਿਹਾ। ਹਾਂਜੀ। ਅਤੇ ਮੈਮ ਸਭ ਤੋਂ ਪਹਿਲਾਂ ਤੁਸੀਂ ਆਪਦੇ ਕਰੀਅਰ ਬਾਰੇ ਦੱਸੋ, ਆਪਦੀ ਕਰੀਅਰ ਦੀ ਸ਼ੁਰੂਆਤ ਜਿੱਥੋਂ ਕੀਤੀ ਸੀ ਅਤੇ ਹੁਣ ਤੱਕ ਦੇ ਸਫ਼ਰ ਬਾਰੇ ਦੱਸੋ। ਬਹੁਤ ਲੰਬਾ ਸਫ਼ਰ ਹੋ ਗਿਆ ਮੈਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ। ਮੇਰੀ ਸ਼ੁਰੂਆਤ ਅੱਜ ਤੋਂ 10 ਸਾਲ ਪਹਿਲਾਂ ਹੋਈ ਸੀਗੀ। 2007 ਦੇ ਵਿੱਚ ਮੈਂ ਲਿਮਕਾ ਫਰੈਸ਼ ਫੇਸ ਆਫ ਪੰਜਾਬ ਬਣੀ ਸੀਗੀ ਔਰ ਮੇਰੀ ਪਹਿਲੀ ਫਿਲਮ ਚੰਨ ਪਰਦੇਸੀ ਦੇ ਪ੍ਰੋਡਿਊਸਰਸ ਦੇ ਨਾਲ ਸੀਗੀ, ਗੁਰਸੇਵਕ ਮਾਨ ਦੇ ਨਾਲ ਸੀਗੀ। ਐਕਚੁਲੀ ਗੁਰਸੇਵਕ ਮਾਨ ਦੇ ਨਾਲ ਮੈਂ ਡੈਬਿਊ ਕੀਤਾ ਸੀਗਾ, ਬਟ ਉਹ ਫਿਲਮ ਕਿਸੇ ਕਾਰਨ ਕਰਕੇ ਰਿਲੀਜ਼ ਨਹੀਂ ਹੋਈ। ਬਾਅਦ ਦੇ ਵਿੱਚ ਮੈਂ ਹਰਭਜਨ ਬਾਈ ਜੀ ਦੇ ਨਾਲ ਹਾਣੀ ਦੇ ਵਿੱਚ ਡੈਬਿਊ ਕੀਤਾ। ਚਲੋ ਸੇਮ ਫੈਮਲੀ, ਅਮਤੋਜ ਬਾਈ ਜੀ ਦੇ ਨਾਲ ਕੰਮ ਕੀਤਾ ਐਂਡ ਫਿਰ ਹੁਸਨ ਦੀ ਕਲੀ ਕੀਤੀ ਐਂਡ ਦੈਨ ਸਾਊਥ ਦੀਆਂ ਤੇਲਗੂ ਫਿਲਮਸ ਕੀਤੀਆਂ, ਮਲਿਆਲਮ ਫਿਲਮ ਕੀਤੀ, ਮੇਰੇ ਯਾਰ ਕਮੀਨੇ ਕੀਤੀ, 25 ਕਿੱਲੇ ਕੀਤੀ, ਮੋਟਰ ਮਿੱਤਰਾਂ ਦੀ ਕੀਤੀ। ਹੁਣ ਰੀਸੈਂਟਲੀ ਆਈ ਵਰਕਡ ਆਪੋਜ਼ਿਟ ਰਿਤਿਕ ਰੋਸ਼ਨ ਇਨ ਮਰਾਠੀ ਮੂਵੀ ਰੁਦਿਆਂਤਰ। ਸੋ ਨਾਓ ਹੁਣ ਬਾਲੀਵੁੱਡ ਫਿਲਮ ਕਰ ਰਹੀ ਹਾਂ। ਅੱਛਾ ਜੀ। ਮੈਮ ਤੁਸੀਂ ਇੰਨੀਆਂ ਮੂਵੀਜ਼ ਕਰ ਚੁੱਕੇ ਹੋ, ਕਿਹੜੀ ਮੂਵੀ ਤੁਹਾਡੀ ਦਿਲ ਦੇ ਕਰੀਬ ਹੈ ਸਭ ਤੋਂ ਜ਼ਿਆਦਾ? ਜਿਹੜੀ ਰਿਤਿਕ ਨਾਲ ਕੀਤੀ ਸੀਗੀ, ਅਫਕੋਰਸ ਦੈਟਸ ਡ੍ਰੀਮਸ ਕਮਸ ਟਰੂ, ਕਿਉਂਕਿ ਜਦੋਂ ਤੁਸੀਂ ਮੈਂ ਜਦੋਂ ਸਕੂਲ 'ਚ ਸੀਗੀ ਮੇਰਾ ਫੇਵਰੇਟ ਐਕਟਰ ਉਹ ਹੀ ਸੀਗਾ ਐਂਡ ਹੀ ਸੋ ਹੈਂਡਸਮ, ਅਤੇ ਮੇਰੇ ਗੂਸ ਬੰਬਸ ਖੜ੍ਹੇ ਹੋ ਗਏ ਸੀਗੇ ਜਦੋਂ ਮੈਨੂੰ ਯਕੀਨ ਨਹੀਂ ਆ ਰਿਹਾ ਸੀਗਾ ਲਾਈਕ ਆਈ ਐਮ ਵਰਕਿੰਗ ਆਪੋਜ਼ਿਟ ਹਿਮ। ਬਟ ਐਕਚੁਲੀ ਦੈ ਜਿਹੜੀ ਉਹ ਮੂਮੈਂਟ ਸੀਗੀ ਉਹ ਮੈਂ ਕਦੇ ਨਹੀਂ ਭੁੱਲ ਸਕਦੀ, ਉਹ ਮੇਰੇ ਸਭ ਤੋਂ ਜ਼ਿਆਦਾ ਦਿਲ ਦੇ ਕਰੀਬ ਆ। ਅਤੇ ਮੈਮ ਤੁਹਾਡਾ ਰੋਲ ਮਾਡਲ ਕੌਣ? ਮੇਰਾ ਰੋਲ ਮਾਡਲ ਮਿਸਟਰ ਸਲਮਾਨ ਖਾਨ। ਇੱਕ ਮੈਮ ਜਦੋਂ ਵੀ ਕੋਈ ਐਕਟਰ ਜਾਂ ਕੋਈ ਮਾਡਲ ਆਉਂਦਾ ਉਹਨਾਂ ਦੇ ਪਿੱਛੇ ਬਹੁਤ ਲੋਕਾਂ ਦਾ ਹੱਥ ਹੁੰਦਾ, ਤੁਹਾਡੇ ਪਿੱਛੇ ਕਿਹਦਾ ਹੱਥ? ਮੇਰੇ ਪਿੱਛੇ ਕਿਸੇ ਦਾ ਵੀ ਹੱਥ ਨਹੀਂ ਆ, ਯੂ ਨੋ ਆਈ ਕੈਨ ਸੇ ਕਿ ਮੇਰਾ ਕੋਈ ਗੋਡ ਫਾਦਰ ਨੀਗਾ ਐਂਡ ਨਾ ਹੀ ਮੈਨੂੰ ਅੱਜ ਤੱਕ ਕਿਸੇ ਨੇ ਸਪੋਰਟ ਕੀਤਾ ਹੈ ਇੰਡਸਟਰੀ ਦੇ ਵਿੱਚ ਔਰ ਨਾ ਹੀ ਕਿਸੇ ਨੇ ਮੇਰੇ 'ਤੇ ਫੇਵਰ ਕੀਤਾ ਹੈ, ਨਾ ਹੀ ਕਿਸੇ ਨੇ ਕਿਹਾ ਵੀ ਮੈਂ ਤੈਨੂੰ ਫਿਲਮ ਦੇ ਦਿੰਦਾ ਹਾਂ। ਇਟਸ ਜਸਟ ਯੋਰ ਓਨ ਹਾਰਡ ਵਰਕ, ਇਟਸ ਜਸਟ ਯੋਰ ਓਨ ਤੁਹਾਡੀ ਓਨ ਜਰਨੀ ਹੁਣ ਤੱਕ ਦੀ, ਯੂ ਨੋ ਬਿਕੋਜ਼ ਇੰਡਸਟਰੀ 'ਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ, ਉਹ ਮੇਰੇ ਨਾਲ ਨਹੀਂ ਹਜੇ ਤੱਕ ਹੋਈਆਂ, ਯੂ ਨੋ। ਮੈਮ ਤੁਸੀਂ ਵੈਸੇ ਕਿੱਦਾਂ ਕਿੱਦਾਂ ਦੀ ਪ੍ਰੋਬਲਮਸ ਫੇਸ ਕੀਤੀ ਇਸ ਜਰਨੀ ਦੇ ਦੌਰਾਨ? ਇਸ ਜਰਨੀ ਦੇ ਦੌਰਾਨ ਯੂ ਕੈਨ ਸੇ ਕਿ ਪਾਰਸ਼ਲਿਟੀ ਬਹੁਤ ਹੁੰਦੀ ਆ, ਜੋ ਕਿ ਫਿਲਮ ਇੰਡਸਟਰੀ ਦੇ ਵਿੱਚ ਹੁੰਦੀ ਆ। ਬੇਸਿਕਲੀ ਲੋਬੀ ਸਿਸਟਮ ਬਹੁਤ ਆ, ਐਜ਼ ਮੈਂ ਕਹਿ ਸਕਦੀ ਹਾਂ ਵੀ ਮੈਂ ਇਸ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਂ ਬਹੁਤ ਪੁਰਾਣੀ ਹਾਂ, ਫਰੋਮ 2007, ਯੂ ਨੋ ਇਟਸ ਬੀਨ ਲੋਂਗ ਲੋਂਗ ਟਾਈਮ। ਜਦੋਂ ਪੰਜਾਬੀ ਫਿਲਮਾਂ ਸਿਰਫ ਮੰਜੀ ਦੀਆਂ ਆਉਂਦੀਆਂ ਸੀਗੀਆਂ, ਹਰਭਜਨ ਮਾਨ ਜੀ ਦੀਆਂ ਆਉਂਦੀਆਂ ਸੀਗੀਆਂ, ਮੈਂ ਆਪਣੇ ਆਪਣੀ ਅੱਖਾਂ ਦੇ ਸਾਹਮਣੇ ਪੰਜਾਬੀ ਫਿਲਮ ਇੰਡਸਟਰੀ ਡਿਵੈਲਪ ਹੁੰਦੀ ਵੇਖੀ ਆ ਐਂਡ ਮੇਰੀ ਪਹਿਲੀ ਫਿਲਮ ਦੇ ਅਸਿਸਟੈਂਟ ਡਾਇਰੈਕਟਰਸ ਅੱਜ ਬਹੁਤ ਵੱਡੇ ਵੱਡੇ ਡਾਇਰੈਕਟਰਸ ਬਣ ਗਏ ਨੇ। ਬਟ ਆਈ ਕੈਨ ਸੀ ਦੇਰ ਇਜ਼ ਅ ਪਾਰਸ਼ਲਿਟੀ ਆਲਸੋ ਐਂਡ ਦੇਰ ਇਜ਼ ਅ ਸੈਲਫਿਸ਼ਨੈਸ ਆਲਸੋ ਐਂਡ ਦੇਰ ਇਜ਼ ਅ ਲੋਬੀ ਸਿਸਟਮ ਆਲਸੋ। ਓਕੇ ਮੈਮ, ਮੇਰਾ ਨੈਕਸਟ ਕੁਐਸਚਨ ਹੈ ਮੈਮ, ਤੁਹਾਡੀ ਪਰਸਨਲ ਫੇਵਰੇਟ ਮੂਵੀ ਕਿਹੜੀ ਹੈ? ਪੰਜਾਬੀ 'ਚ ਕਿ ਹਿੰਦੀ 'ਚ? ਪੰਜਾਬੀ 'ਚ। ਪੰਜਾਬੀ 'ਚ ਕੈਰੀ ਔਨ ਜੱਟਾ। ਕੈਰੀ ਔਨ ਜੱਟਾ। ਮੈਮ ਜੇ ਤੁਹਾਨੂੰ ਕੋਈ ਰੋਲ ਨਿਭਾਉਣ ਨੂੰ ਮਿਲੇ ਤੁਸੀਂ ਕਿੱਦਾਂ ਦਾ ਰੋਲ ਨਿਭਾਉਣਾ ਚਾਹੋਗੇ? ਐਜ਼ ਐਨ ਐਕਟਰ ਮੈਂ ਸਾਰੀ ਤਰ੍ਹਾਂ ਦੇ, ਯੂ ਨੋ, ਕਾਮੇਡੀ ਵੀ, ਐਜ਼ ਲੀਡਰਸ਼ਿਪ ਵਾਲਾ ਰੋਲ ਵੀ, ਐਜ਼ ਅ ਸੋਸ਼ਲ ਵਰਕਰ ਵੀ, ਸਾਰੀ ਤਰ੍ਹਾਂ ਦੇ, ਯੂ ਨੋ, ਮੈਨੂੰ ਮਜ਼ਾ ਆਉਂਦਾ ਡਿਫਰੈਂਟ ਡਿਫਰੈਂਟ ਕਰੈਕਟਰਸ ਪਲੇਅ ਕਰਨ 'ਚ। ਮੈਮ ਹੁੰਦਾ ਨਾ ਜਿੱਦਾਂ ਕੋਈ ਮੂਵੀ ਦੇਖ ਰਹੇ ਹੁੰਦੇ ਆ, ਕੁਛ ਹੁੰਦੇ ਆ ਪਦਮਾਵਤੀ, ਯਾ ਪਦਮਾਵਤੀ ਦਾ ਰੋਲ ਤੁਹਾਨੂੰ ਜ਼ਿਆਦਾ? ਪਦਮਾਵਤੀ। ਠੀਕ ਹੈ ਮੈਮ, ਮੈਮ ਹੁਣ ਆਪਾਂ ਗੇਮ ਖੇਲਾਂਗੇ ਨੈਵਰ ਹੈਵ ਆਈ ਐਵਰ। ਠੀਕ ਹੈ ਮੈਮ, ਤੁਸੀਂ ਸੱਚ ਬੋਲਣਾ ਅਤੇ ਮੈਂ ਤੁਹਾਡੇ ਤੋਂ ਕੁਸ਼ਚਨ ਪੁੱਛੂੰਗਾ ਅਤੇ ਜਦੋਂ ਤੁਸੀਂ ਜੇ ਤੁਸੀਂ ਕੀਤਾ ਤਾਂ ਨੈਵਰ ਦਿਖਾ ਦਿਓ, ਨਹੀਂ ਤਾਂ ਆਈ ਹੈਵ। ਠੀਕ ਹੈ, ਕੈਮਰੇ ਦੀ ਤਰਫ। ਠੀਕ ਹੈ, ਹਾਂ ਹਾਂ ਠੀਕ ਹੈ, ਕਰੀਏ ਸਟਾਰਟ। ਮੈਮ ਸਭ ਤੋਂ ਪਹਿਲਾ ਕੁਸ਼ਚਨ, ਕਮੈਂਟਿਡ ਔਨ ਅ ਗਰਲਸ ਡਰੈਸਿੰਗ। ਓਕੇ ਮੈਮ, ਕਿਸੇ ਨੂੰ ਸਟੋਕ ਕਰਦੇ ਹੋਏ ਉਹਦੀ 5 ਸਾਲ ਪੁਰਾਣੀ ਪਿਕਚਰ ਗਲਤੀ ਨਾਲ ਲਾਈਕ ਹੋ ਗਈ ਹੋਵੇ, ਮੈਂ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ? ਨਹੀਂ, ਇਟ ਜਸਟ ਹੈਪਨ ਵੈਨ ਯੂ ਡੇਟਿਡ ਸਮਬਡੀ, ਯੂ ਨੋ, ਅਤੇ ਕਦੀ ਹੁੰਦਾ ਹੀ ਹੈ ਵੀ ਤੁਹਾਡੀ ਆਦਤ ਹੁੰਦੀ ਹੈ ਵੀ ਉਹਦੀ ਪ੍ਰੋਫਾਈਲ ਚੈੱਕ ਕਰਕੇ ਦੇਖਣਾ ਵੀ ਉਹ ਕੀ ਕਰਨ ਡਿਆ, ਦੈਨ ਯੂ ਫੀਲ ਲਾਈਕ ਸਮ ਟਾਈਮ ਤੁਸੀਂ ਉਹਦੀ ਫੋਟੋ ਲਾਈਕ ਕਰ ਦਿੰਦੇ ਹੋ ਅਤੇ ਫਿਰ ਡਿਸਲਾਈਕ ਕਰ ਦਿੰਦੇ ਹੋ ਕਿ ਪਤਾ ਨਾ ਲੱਗੇ, ਯੂ ਨੋ। ਠੀਕ ਹੈ ਮੈਮ, ਅਗਲਾ ਮੈਮ, ਲਵ ਐਟ ਫਸਟ ਸਾਈਟ।
Love is first sight. मैंने confusion हो गया. Love at first sight. Yeah. Okay. मैं pushed a pull door. Pushed a pull door. Pushed or pull door? Pushed a pull door. किसे door ते तुसी push करता है उसे pull लिखा है ऐसी लोग की normally कर देते हैं. हाँ, I have it. ठीक है. पहली मुलाकात विच किसे ने मुँह ते मुक्का मारा है तो जी करता हूँ. Experience. नाम ना ले यो experience तो सुनाई चाहिए. हाँ कई ऐसे जो irritating लोग होंदे आ you know जिन्होंने तुसी काम भी किता होंदा या बहुत irritate कर दे आ तो उधर तोड़े दिल कर दा भी इधे मुँह ते मुक्का मार दा मैं. ठीक है मैं कदे ऐसा ऐसा होया होवे कि भी hangover होया होवे सुबह उठ के याद ही ना होवे रात लो की होया. I don't drink. Okay. चल ठीक है मैम. थैंक यू फॉर दिस गेम. नेक्स्ट गेम पूछिए मैम. आई विल गिव यू सर्टेन वर्ड्स आपके उस वर्ड्स से रिलेटेड आपने वन वर्ड में आंसर देना जो भी आपके दिमाग में. ओके ठीक है स्टार्ट. लाइफ. ब्यूटीफुल जर्नी. ओके टू वर्ड हो गया. लव. पैशनेट. ओके पैशन. हाँ एक्टिंग. ड्रीम. ओके looks. looks confidence. Okay. Sonia Mann. Dreamy. Dreamy as in justified. मतलब मैं दिन चु सुपने देखती रहनी. Actually I'm a dreamy girl. मैं देखती रहनी आकाश एवें हुंदा आकाश एवें हुंदा but मैनू लगदा भी सुपने सच हुंदे आ. मैम ड्रीम तो गल करिए भी थोड़ा बचपन तो ये ड्रीम से भी मैं यही बनना एक्टर ही बनना. तुम कितों स्कूल मतलब किसी स्कूलिंग कितनी सी इस चीज़ की एक्टिंग की नहीं? नहीं मैं एक्चुअली मेरे फादर साहब कम्युनिस्ट लीडर से गए एंड उन्हें डेथ हो गई और उन्होंने बरसी के उत्ते ना गुशन भाई मन्ना सिंह प्ले करते होंगे सके तो उन्होंने प्ले वेख वेख के और मेरे माम मैनू हमेशा देशभक्त यादगार हॉल जलंधर लेके जाते थे तो उत्ते भी प्ले होंगे सके सोशल कॉन्सैप्ट के उत्ते तो वो मैनू बड़ा शौक हों स्टेज पर जाके परफॉर्म करन दा. और इनफैक्ट इन स्कूल ऑलसो फैंसी ड्रेस कॉम्पीटिशन और हमेशा साड़ी क्लास में बच्चे हाथ खड़ा नहीं करते थे क्योंकि वो डरते थे उन्हें मम्मी पापा कहते भी इन्ना खर्चा कद तो कराते एंड आई एम द ओनली वन हू सेड यस मैम मैं करूँगी मैनू सेंटर गर्ल बना दो. दैट्स व्हाट आई डू एक्चुअली. मैम तुसी डांस दा भी नाल शौक रख दो. हाँ डांस का भी बट एक्टिंग का ज़्यादा. एक्टिंग का ज़्यादा. विच योर फेवरेट पंजाबी फूड? कड़ी चावल और मक्की दी रोटी सरसों का साग. ओके मैम किसी पंजाबी सिंगर नाल जे तुहानू डेट ते जाने दा मौका मिले केड़े सिंगर नाल जाओगे? बड़ा कॉम्प्लिकेटेड क्वेश्चन पूछ लिया. एक्चुअली मैं किसी नाल नहीं जाऊँगी. क्यों? तो मतलब एज ए कुछ नहीं है मतलब होंगे ना सेलेब्रिटी क्रश समझ लो. ਮੈਨੂੰ ਕਿਸੇ ਦੇ ਵੀ ਨਹੀਂ ਆ. ਓਕੇ ਬਾਲੀਵੁੱਡ 'ਚ? ਹਾਲੀਵੁੱਡ. ਬਾਲੀਵੁੱਡ ਦੇ ਵਿੱਚ ਆਫ ਕੋਰਸ ਰਿਤਿਕ. ਓਕੇ ਠੀਕ ਹੈ ਮੈਮ. ਹੁਣ ਗੱਲ ਕਰਦੇ ਹਾਂ ਤੁਹਾਡੀ ਮੂਵੀਜ਼ ਦੀ. ਤੁਸੀਂ ਹਾਨੀ ਮੂਵੀ ਕੀਤੀ, ਮੇਰੇ ਯਾਰ ਕਲੀਨੇ ਕੀਤੀ, ਹੁਣ ਤੁਸੀਂ 25 ਕਿੱਲੇ 'ਚ ਵੀ ਸੀਗੇ, ਹੋਰ ਵੀ ਤੁਸੀਂ ਦੋ ਤਿੰਨ ਮੂਵੀਜ਼ ਕੀਤੀਆਂ ਸਾਊਥ ਵਿੱਚ ਵੀ ਤੁਸੀਂ ਕਰ ਚੁੱਕੇ ਹੋ. ਕੀ ਮੈਮ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਮੂਵੀਜ਼ ਵਿੱਚ? ਹਾਂ ਮੂਵੀ ਸ਼ੂਟ ਕਰਦੇ ਬਹੁਤ ਮਜ਼ਾ ਆਉਂਦਾ ਆ. ਇਟਸ ਲਾਈਕ ਅ ਫੈਮਿਲੀ ਔਰ ਐਂ ਲੱਗਦਾ ਵੀ ਸ਼ੂਟਿੰਗ ਖਤਮ ਹੀ ਨਾ ਹੋਵੇ. ਯੂ ਨੋ ਐਂਡ ਆਫ ਦ ਡੇ ਜਿਸ ਦਿਨ ਪੈਕਅਪ ਹੁੰਦਾ ਐਂ ਲੱਗਦਾ ਵੀ ਘਰ ਨਹੀਂ ਜਾਣਾ. ਯੂ ਨੋ ਲਵ ਸ਼ੂਟਿੰਗ. ਮੋਸਟ ਮੈਮੋਰੇਬਲ ਮੂਮੈਂਟ ਆਫ ਯੂਅਰ ਲਾਈਫ? ਸ਼ੂਟਿੰਗ ਵਿਦ ਅਮਿਤੋਜ ਮਾਨ ਇਜ਼ ਆਲਵੇਜ਼ ਬੀ ਲਾਈਕ ਮੈਮੋਰੇਬਲ ਮੂਮੈਂਟ ਬਿਕੋਜ਼ ਇਜ਼ ਲਾਈਕ ਅ ਫੈਮਿਲੀ ਐਂਡ ਮੈਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਲਈ ਮਿਲਦਾ ਆ ਔਰ ਮੈਨੂੰ ਉਹਨਾਂ ਨਾਲ ਕੰਮ ਕਰਨ 'ਚ ਬਹੁਤ ਮਜ਼ਾ ਆਉਂਦਾ ਹੈ. ਓਕੇ ਮੈਮ ਹੈਪੀਐਸਟ ਮੂਮੈਂਟ ਆਫ ਯੂਅਰ ਲਾਈਫ? ਵੈਨ ਆਈ ਵਰਕਡ ਵਿਦ ਰਿਤਿਕ ਰੋਸ਼ਨ. ਓਕੇ ਔਰ ਵਰਸਟ ਮੂਮੈਂਟ ਆਫ ਯੂਅਰ ਲਾਈਫ? When I fall in love with somebody. That's it. ठीक है मैम. जान तो पहला जेड़े तो नवे प्रोजेक्ट्स आ रहे हैं उन्हें नू साड़ी जेड़े दर्शक उन्हें नू बारे दसो. On वाले times I'm doing two Hindi films with a renowned production house and I'm doing Punjabi also but मैंने पता नहीं मैं केड़ी कर रही हूँ आज. But I'm of course doing one song with Jordan and one song with Mehtab Work. ठीक है मैम. मैम इस सफ़र को ख़त्म करने तो पहला एक गेम कर लिए खेडिए. व्हाट्स इन योर बैग?
प्लीज मैम डू टेल अस मेरे बैग दे विच ज्यादा कुछ नहीं हुंदा भाई मतलब फोन आ कोई ना इथे ऊपर करके कैमरे दी तरफ करके प्लीज दिखाओ मैं कुछ चोरी कर रहा आ साइड रख देनी आ बखौन वाला नहीं मेरे फोन आ मेरे बैग च ओके चार्जर जेड़ा चाहिदा हुंदा है हमेशा बैटरी लो हो जांदी इंस्टाग्राम ते स्नैपचैट चेक कर करके सनग्लासेस ने मेरे फेवरेट थिंग सारियां कुड़ियां दी यू नो और मेरा वॉलेट आ राइट आ मेरा मतलब फेवरेट यू नो परफ्यूम आ यू कैन से एंड सो आई लव दिस बाकी लिप ग्लॉसेस होनियां या लिपस्टिक होगी रबर बैंड आ कभी कभी टाई कर लई दा यू नो बेसिक थिंग्स जड़ियां कुड़ियां दी हुंदियां आ दैट्स व्हाट आई हैव ओके मैम मैं पाके रखो मैं बाकी यही मैसेज देना चाहूँगी कि असी बड़ी मेहनत दे नाल वीडियो शूट करते हैं असी बड़ी मेहनत दे नाल किनू कहते फिल्मा शूट करते हैं सो जिहड़ियां असी फिल्मा शूट करते हैं प्लीज़ उहदी टिकट खरीद के वेखन जाया करो पायरेसी ना करिया करो बिकॉज बहुत बजट लगता प्रोड्यूसर का प्रोड्यूसर भर जाते हैं बाद च फिल्मा नहीं बनाते एंड बाकी यही है कि हार्डवर्क इनवॉल्व हुंदा आ बाकी जिन्हें भी मेरा यही कहना आ सारिआं दे अगे वी नथिंग इज़ इम्पॉसिबल इन दिस वर्ल्ड एज मैं एक छोटे जे शहर तो उठ के अमृतसर तो पिंड दे विचों निकल के बड़ी कंजरवेटिव फैमिली तो निकल के मैं सोचा सीगा कि मैं एक्ट्रेस बना तो अज मैं हाँ सो उहदे वास्ते सिर्फ पेशेंस की लोड़ हुंदी है शॉर्टकट्स की लोड़ नहीं हुंदी वो कभी ना अपनायो क्योंकि फिर जो तुसी शॉर्टकट्स अपनाओगे फिर तुसी लाइफ दे एक्सपीरियंस नहीं यू नो वेख सकोगे तो उ सानू टीच करदे आ दैट्स थैंक यू वेरी मच मैम इस प्रोजेक्ट लई तुहानू ऑल द बेस्ट थैंक यू सो मच बाकी आने वाले प्रोजेक्ट लई भी ऑल द बेस्ट थैंक यू दिस वाज गगन वॉट्स फ्रॉम पंजाबी मेनिया साइनिंग ऑफ